ਆਓ ਨਾ ਤੁਸੀਂ ਆਓ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਮੈਂ ਆ ਵਹੀਦ ਖਾਨ, ਤੁਹਾਨੂੰ ਦੇਖਦੇ ਹੋ ਆਪਣਾ ਫੈਮਿਲੀ ਯੂਟਿਊਬ ਚੈਨਲ ਵਹੀਦ ਖਾਨ ਤਨੌਲੀ। ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋਸੋ, ਖੁਸ਼ਬਾਸ਼ ਹੋਸੋ, ਅੱਲਾਹ ਤਾਲਾ ਦੀ ਅਫਸੋਮਾਨ ਵੀ ਹੋਸੋ, ਅੱਲਾਹ ਤਾਲਾ ਸਾਰਿਆਂ ਕੋ ਆਪਣੀ ਅਫਸੋਮਾਨ ਵੀ ਰੱਖੇ। ਅੱਜ 17 ਨਵੰਬਰ 2024 ਬਰੋਜ਼ ਇਤਵਾਰ, ਖਲਬਾ ਟਾਊਨਸ਼ਿਪ ਮਲਾਖੀਵਾ, ਮੈਂ ਮੌਜੂਦ ਹਾਂ ਜਨਾਬ ਇਸ ਜਗ੍ਹਾ 'ਤੇ। ਔਰ ਅੱਜ ਮੁਕੰਮਲ ਵੀਡੀਓ ਮੈਂ ਤੁਹਾਨੂੰ ਕੋ ਸਹਾਬਤ ਰਹਿਮਾਨ ਦੇ ਵਲੀਮੇ ਦੇ ਨਾਲ ਸ਼ੇਅਰ ਕਰਸਾਂ। ਔਰ ਅਸਾਂ ਜਿਹੜਾ ਇੱਥੇ ਕੈਟਰਿੰਗ ਦਾ ਜਿਹੜਾ ਟੈਂਟ ਦਾ ਇੰਤਜ਼ਾਮ ਹੈ, ਫਾਸਟ ਟੈਂਟ ਐਂਡ ਕੈਟਰਿੰਗ ਸਰਵਿਸ, ਖਲਬਾ ਟਾਊਨਸ਼ਿਪ, ਦਾੜੀ ਚੌਕ, ਮੈਨ ਚੌਕ, ਮੈਨ ਦਾੜੀ ਚੌਕ ਦੇ ਅੰਦਰ ਇਹਨਾਂ ਦਾ ਇਹ ਸਿਸਟਮ ਹੈ। ਕਿਸੇ ਵੀ ਮੇਰੇ ਭੈਣ ਭਰਾਊ ਕੋ ਅਗਰ ਕੋਈ ਸ਼ਾਦੀ ਵਿਆਹ ਜਾਂ ਦੀਗਰ ਤਕਰੀਬਾਤ ਦੇ ਵਾਲੇ ਨਾਲ ਕੋਈ ਵੀ ਆਰਡਰ ਦੇਣਾ ਹੋਵੇ, ਕਿਸੇ ਵੀ ਕਿਸਮ ਦਾ ਫਾਸਟ ਟੈਂਟ ਐਂਡ ਕੈਟਰਿੰਗ ਸਰਵਿਸ ਦਾ ਤੁਸੀਂ ਆਰਡਰ ਦੇ ਸਕਦੇ ਹੋ। ਮੁਕੰਮਲ ਇਹਨਾਂ ਕੋਲ ਟੈਂਟ ਦਾ ਸਮਾਨ, ਟੇਬਲਾਂ, ਕੁਰਸੀਆਂ ਔਰ ਪੂਰੀ ਡੈਕੋਰੇਸ਼ਨ ਦਾ ਸਮਾਨ, ਖਾਣਾ ਪਕਾਉਣਾ ਤੱਕ, ਮਤਲਬ ਪਰ ਐਡ ਦੇਣਾ ਚਾਹੋ ਜਾਂ ਮਤਲਬ ਇੱਕ ਪਰ ਦੇਖ ਦੇਣਾ ਚਾਹੋ, ਕੋਈ ਵੀ ਆਰਡਰ ਦੇਣਾ ਚਾਹੋ, ਫਾਸਟ ਟੈਂਟ ਐਂਡ ਕੈਟਰਿੰਗ ਸਰਵਿਸ ਖਲਬਾ ਦਾੜੀ ਚੌਕ ਦੇ ਅੰਦਰ ਇਹਨਾਂ ਦਾ ਪੂਰਾ ਸੈਟਅਪ ਹੈ ਜਨਾਬ। ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਮੇਰੇ ਦੋਸਤ ਨੇ ਸਾਜਿਦ ਬਾਈ, ਇਹਨਾਂ ਨਾਲ ਤਾਂ ਮਤਲਬ ਰਾਬਤਾ ਜਦੋਂ ਕਰ ਸੋ, ਇਹਨਾਂ ਦਾ ਮੈਂ ਤੁਸਾਂ ਕੋ ਨੰਬਰ ਵੀ ਦੇ ਛੋੜਦਾ ਜੀ, 0321-9894-4436 ਔਰ 0315-058-9095, ਇਹ ਇਹਨਾਂ ਦੇ ਕੰਟੈਕਟ ਨੰਬਰ ਹਨ ਜਨਾਬ। ਇਹਨਾਂ ਨੰਬਰਾਂ ਸਾਂ ਰਾਬਤਾ ਕਰੋ, ਇਨਸ਼ਾਅੱਲਾ ਤੁਸਾਂ ਕੋ ਮੁਕੰਮਲ ਪੂਰਾ ਸੈਟਅਪ ਬਣਾ ਕੇ ਦੇਸੋ, ਪੂਰੀ ਮਤਲਬ ਇੱਕ ਡੈਕੋਰੇਸ਼ਨ ਸਮੇਤ ਪੂਰਾ ਮਤਲਬ A to Z ਜਿੰਨਾ ਵੀ ਕੰਮ ਹੋਸੀ ਫਾਸਟ ਟੈਂਟ ਐਂਡ ਕੈਟਰਿੰਗ ਸਰਵਿਸ ਵਾਲੇ ਤੁਸਾਂ ਕੋ ਕਰਕੇ ਦੇਸੋ। ਅੱਜ ਸਹਾਬਤ ਰਹਿਮਾਨ ਦਾ ਵਲੀਮਾ ਔਰ ਮੈਂ ਮਲਾ ਖੀਵਾ ਦੇ ਅੰਦਰ ਮੌਜੂਦ ਹਾਂ, ਔਰ ਅੱਜ ਮੈਂ ਮਤਲਬ ਇਹਨਾਂ ਨਾਲ ਗੱਲਬਾਤ ਵੀ ਕਰਸਾਂ ਔਰ ਮੁਕੰਮਲ ਇਹਨਾਂ ਫਾਸਟ ਟੈਂਟ ਵਾਲਿਆਂ ਦੀ ਜਿਹੜਾ ਸੈਟਅਪ ਹੋਏ ਦਾ ਇਹ ਵੀ ਸਾਨੂੰ ਚੈੱਕ ਕਰਾਸਾਂ। ਕਮੈਂਟਸ ਕਰਕੇ ਦੱਸੋ ਕਿ ਬਾਈ ਫਾਸਟ ਟੈਂਟ ਦੀ ਜਿਹੜੀ ਸੈਟਿੰਗ ਹੋਈ ਦੀ ਹੈ, ਕਿਸੇ ਵੀ ਗਰਾਊਂਡ ਦੇ ਅੰਦਰ, ਕਿਸੇ ਵੀ ਹਾਲ ਦੇ ਅੰਦਰ, ਜਿਸ ਜਗ੍ਹਾ ਦਾ ਵੀ ਸਾਂਖ ਸੁਣ ਸਕੇ ਸੈਟਿੰਗ ਕਰਕੇ ਦੇ ਸੋ, ਇਨਸ਼ਾਅੱਲਾ ਤੱਕ ਨਾਲ ਇਹਦੀ ਸੈਟਿੰਗ ਬੈਲੈਂਸ ਸਾਨੂੰ ਚੈੱਕ ਕਰਾਉਂਦੇ ਹਾਂ। ਉਸ ਤੋਂ ਬਾਅਦ ਸਹਾਬਤ ਰਹਿਮਾਨ ਦੇ ਵਲੀਮੇ ਦੀ ਅੱਜ ਦੀ ਮੁਕੰਮਲ ਵੀਡੀਓ ਨਾਲ ਸ਼ੇਅਰ ਕਰਸਾਂ। ਜ਼ਰੂਰ ਮਾੜੇ ਨਾਲ ਦੱਸੋ, ਇਸ ਵੀਡੀਓ ਕੋ ਦੇਖੋ, ਲਾਈਕ ਸ਼ੇਅਰ ਕਰਸੋ ਔਰ ਕਮੈਂਟਸ ਕਰਕੇ ਦੱਸੋ ਕਿ ਸਹਾਬਤ ਰਹਿਮਾਨ ਦਾ ਵਲੀਮਾ ਸਾਨੂੰ ਪਸੰਦ ਆਇਆ ਜਾਂ ਨਹੀਂ ਆਇਆ, ਔਰ ਫਾਸਟ ਟੈਂਟ ਐਂਡ ਕੈਟਰਿੰਗ ਸਰਵਿਸ ਵਾਲਿਆਂ ਦੀ ਪੂਰੀ ਜਿਹੜਾ ਸੈਟਅਪ ਹੈ ਤੁਹਾਨੂੰ ਪਸੰਦ ਆਇਆ ਜਾਂ ਨਹੀਂ ਆਇਆ। ਤੁਸਾਂ ਦਾ ਕਮੈਂਟਸ ਹੋ ਸੀ, ਮੈਂ ਕੋ ਪਤਾ ਲੱਗ ਸੀ ਕਿ ਬਾਈ ਤੁਹਾਨੂੰ ਕਮੈਂਟਸ ਕਰਕੇ ਦੱਸਿਆ ਕਿ ਬਾਈ ਫਾਸਟ ਟੈਂਟ ਐਂਡ ਕੈਟਰਿੰਗ ਵਾਲਿਆਂ ਦਾ ਪੂਰਾ ਸੈਟਅਪ ਬਿਹਤਰੀਨ ਹੈ। ਤੁਸੀਂ ਇਹਨਾਂ ਆਰਡਰ ਦੇਸੋ, ਇਨਸ਼ਾਅੱਲਾ ਇਨਸ਼ਾਅੱਲਾ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਾ ਹੋਸੀ, ਬਿਹਤਰੀਨ ਸੈਟਅਪ ਲਾ ਕੇ ਦੇਸੋ, ਬਿਹਤਰੀਨ ਤੁਸਾਂ ਦੀ ਮਤਲਬ ਹੈ ਕਿ ਤਵਕਾਤ ਤੋਂ ਵੀ ਆਲਾ ਕੰਮ ਮਤਲਬ ਤੁਸਾਂ ਕਰਕੇ ਦੇਸੋ, ਤਾਂ ਕਿ ਸਾਨੂੰ ਪਤਾ ਲੱਗ ਸੀ ਕਿ ਬਾਈ ਸਾਜਿਦ ਬਾਈ ਤੁਸਾਂ ਕੋ ਕਿਤਨੇ ਬਿਹਤਰੀਨ ਤਰੀਕੇ ਨਾਲ ਪੂਰਾ ਸੈਟਅਪ ਕਰਕੇ ਦੇਣੇ, ਔਰ ਤੁਸਾਂ ਇਹਨਾਂ ਕੋ ਜਦੋਂ ਆਰਡਰ ਦੇਸੋ ਅਤੇ ਫਿਰ ਤੁਸਾਂ ਕਮੈਂਟਸ ਕਰਕੇ ਦੱਸੋ, ਫਿਰ ਮੈਂ ਕੋ ਪਤਾ ਲੱਗ ਸੀ। ਮਾੜੇ ਨਾਲ ਦੱਸੋ, ਇਨਸ਼ਾਅੱਲਾ ਮੈਂ ਮੁਕੰਮਲ ਤੌਰ 'ਤੇ ਤੁਹਾਨੂੰ ਪੂਰਾ ਸੈਟਅਪ ਦੱਸਾਂ, ਸਾਜਿਦ ਬਾਈ ਨਾਲ ਵੀ ਗੱਪਸ਼ਪ ਮਾਰਦੇ ਹਾਂ, ਔਰ ਅੱਜ ਦੀ ਪੂਰੀ ਸੈਟਿੰਗ ਤੁਹਾਨੂੰ ਦੱਸਾਂ ਕਿ ਬਾਈ ਫਾਸਟ ਟੈਂਟ ਵਾਲਿਆਂ ਨੇ ਜਿਹੜਾ ਸੈਟਅਪ ਲਾਇਆ ਕਿਸ ਤਰੀਕੇ ਨਾਲ ਲਾਇਆ, ਜ਼ਰੂਰ ਦੇਖੋ। ਇਹ ਜਨਾਬ ਤੁਸੀਂ ਦੇਖ ਸਕਦੇ ਹੋ ਕਿ ਬਾਈ ਮੱਲਾ ਖੀਵਾ ਦਾ ਏਰੀਆ, ਔਰ ਇਸ ਦੇ ਲੋਕ ਇੱਥੋਂ ਦੇ ਹੱਕ ਦੇ ਕਿੱਥਾ ਮਹਿਮਾਨ ਆਉਣਾ ਸ਼ੁਰੂ ਹੋ ਗਏ, ਔਰ ਇਹਨਾਂ ਦਾ ਜਦੋਂ ਟੈਲੀਫੋਨ ਮੇਰੇ ਦਾ ਆਉਂਦਾ ਅਤੇ ਫਿਰ ਮੈਂ ਇਹਨਾਂ ਕੋ ਮਤਲਬ ਹੈ ਕਿ ਕੋਈ ਕਿਸੇ ਕਿਸਮ ਦਾ ਮਤਲਬ ਇਹਨਾਂ ਨਾਲ ਮੈਂ ਇਨਕਾਰੀ ਨਾ ਕਰ ਸਕਦਾ, ਔਰ ਇਹ ਮੇਰੇ ਕੋ ਇਨਵਾਈਟ ਕਰਦੇ ਨੇ, ਔਰ ਮੈਂ ਇਸ ਜਗ੍ਹਾ 'ਤੇ ਆਉਣਾ ਔਰ ਆ ਕੇ ਇਸ ਵੀਡੀਓ ਕੋ ਬਣਾ ਕੇ ਤੁਹਾਨੂੰ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ। ਜੁਲਦੇ ਹਾਂ ਅੰਦਰ, ਔਰ ਅੱਜ ਤੁਸਾਂ ਕੋ ਫਾਸਟ ਟੈਂਟ ਵਾਲਿਆਂ ਦਾ ਪਹਿਲਾਂ ਸੈਟਅਪ ਦੱਸਦੇ ਹਾਂ। ਸਾਜਿਦ ਬਾਈ ਜਰਾ ਮਾੜੇ ਨੇੜੇ ਆਸੋ ਜੀ। ਅਸਲਾਮ ਅਲੈਕੁਮ। ਇਹ ਜਨਾਬ ਅਸਾਂ ਦੇ ਸਾਜਿਦ ਬਾਈ, ਅਸਾਂ ਦੇ ਕਰੀਬੀ ਮਤਲਬ ਹੈ ਇੰਤਹਾਈ ਕਾਬਲੇ ਇਤਰਾਮ ਦੋਸਤ। ਮੁਕੰਮਲ ਜਿਹੜਾ ਸੈਟਅਪ ਹੈ ਜੀ ਫਾਸਟ ਟੈਂਟ ਵਾਲਿਆਂ ਦਾ ਉਹ ਇਹ ਹਨ, ਇਹ ਤੁਸਾਂ ਕੋ ਆਪਣੀ ਜ਼ਬਾਨੀ ਸਾਰਾ ਮਤਲਬ ਤੁਸਾਂ ਕੋ ਤਫਸੀਲ ਦੱਸੋ ਜੀ। ਜੀ ਸਾਜਿਦ ਬਾਈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਫਾਸਟ ਟੈਂਟ ਐਂਡ ਕੈਟਰਿੰਗ ਸਰਵਿਸ ਦੀ ਤਰਫੋਂ ਮੈਂ ਉਸਤਾਦ ਨਾਲ ਸਾਜਿਦ ਮਹਿਮੂਦ ਹਾਂ। ਇਹ ਸਾਰਾ ਸੈਟਅਪ ਅਸਾਂ ਨੇ ਇੱਥੇ, ਸਾਡਾ ਭਰਾ ਹੈ ਸਖਾਵਤ ਰਹਿਮਾਨ ਅਤੇ ਉਸਦੀ ਸ਼ਾਦੀ ਆ ਜੋ 1300 ਬੰਦੇ ਦਾ ਖਾਣਾ ਹੈ ਮਾਸ਼ਾਅੱਲਾ, ਅਤੇ ਅਸਾਂ ਜੋ ਸਿਰਫ ਟੈਂਟ ਔਰ ਲੇਬਰ ਪ੍ਰੋਵਾਈਡ ਕੀਤੀ ਹੈ, ਖਾਣੇ ਦਾ ਸੈਟਅਪ ਲਾਇਆ ਸਾਰਾ, ਅਤੇ ਲੇਡੀਜ਼ ਦਾ ਸੈਟਅਪ ਇਲਾਦਾ ਲੱਗਿਆ ਦਾ, ਉੱਥੇ ਲੇਡੀਜ਼ ਵੇਟਰ ਨੇ ਉਹ ਵੀ ਤੁਸੀਂ ਚੈੱਕ ਕਰਾਉਣੇ ਆ, ਇਹ ਮਰਦਾਂ ਦਾ ਲੱਗਿਆ ਦਾ, ਇਸਾਂ ਵੀ ਚੈੱਕ ਕਰੋ, ਕਨੋਪੀਆਂ ਚੈੱਕ ਕਰੋ, ਕੁਰਸੀ ਚੈੱਕ ਕਰੋ, ਸੈਟਿੰਗ ਚੈੱਕ ਕਰੋ, ਅਤੇ ਅਸਾਂ ਵੀ ਖਦਮਤ ਦਾ ਮੌਕਾ ਦਿਓ, ਕੋਈ ਫਰਕਦਾਰ ਕਹੋਵੇ ਤਾਂ ਲਾਜ਼ਮੀ ਸਾਡੇ 'ਤੇ ਤਨਕੀਦ ਵੀ ਕਰੋ। ਬਿਲਕੁਲ, ਕਮੈਂਟਸ ਲਿਖੋ, ਯਾਨੀ ਕਿ ਇਸ ਜਗ੍ਹਾ ਕਮੀ ਹੈ, ਅਸੀਂ ਇਨਸ਼ਾਅੱਲਾ ਉਸਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਲਾਜ਼ਮੀ ਨਹੀਂ ਯਾਨੀ ਕਿ ਸਾਡੀ ਅਛਾਈ ਹੋਵੇ, ਜਿਹੜੀ ਸਾਡੀ ਕਮੀ ਉਹ ਵੀ ਲਾਜ਼ਮੀ ਦੱਸੋ। ਅੱਛਾ ਸਾਜਿਦ ਬਾਈ, ਅਸਾਂ ਕੋਲ ਲੇਡੀਜ਼ ਦੀ ਵੀ ਸਹੂਲਤ ਮੌਜੂਦ ਹੈ, ਵੇਟਰ ਦੀ ਸਹੂਲਤ ਮੌਜੂਦ ਹੈ, ਲੇਡੀਜ਼ ਸੈਟਅਪ ਪਹਿਲਾਂ ਦਾ ਲੱਗਿਆ ਤੇ ਬਾ ਪਰਦਾ ਉੱਥੇ ਲੇਡੀਜ਼ ਮਾਸ਼ਾਅੱਲਾ ਰੋਟੀ ਤਕਸੀਮ ਕਰਸੋ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਅੱਜ ਦਾ ਅਸਾਂ ਸੈਟਅਪ ਜ਼ਰਾ ਲੋਕਾਂ ਕੋ ਮਤਲਬ ਬਿਲਕੁਲ ਥੋੜਾ ਦੱਸਣਾ ਚਾਹੁੰਦੇ ਆ, ਇਸਾਂ ਦੇਖ ਸਕਦੇ ਹੋ ਜੀ ਮਤਲਬ ਇਹ ਮੁਕੰਮਲ ਤੌਰ ਤਾਂ ਕਿਤਨੇ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਡੈਕੋਰੇਸ਼ਨ ਕੀਤੇ ਦੀ ਹੈ, ਔਰ ਜਿਸ ਕਿਸੇ ਵੀ ਤੁਸਾਂ ਨੇ ਲੇਡੀਜ਼ ਮੈਂ ਦੱਸਣਾ ਤੁਸਾਂ ਫਿਰ ਠੀਕ ਹੈ, ਮੈਂ ਆਉਣਾ ਉਸ ਪਾਸੇਦਾਰ।
किसी भी ग्राउंड के अंदर किसी भी जगह तक तुसाने कोई सेटिंग करानी है मुकम्मल तौर पर तुसा को साजिद भाई जी फास्ट एट एंड कैटरिंग असंदा वेटिंग एरिया जी तुसा देख सकते हो बेहतरीन असने कुर्सियां दे उत्ते कवर लगे दे और इस तरह की वीडियो बहुत कम देखना मिलती है और तुसा की फरमाइश मेरी कोशिश और मैं मुकम्मल तौर पर हाँ जी ठीक है जी ये जनाब असा खाने का एरिया असा मेहमान आना शुरू हो गए अस्सलाम वालेकुम जी अल्हम्दुलिल्लाह रब्बिल आलमीन जी शुक्र अल्हम्दुलिल्लाह शुक्र ठीक है ये जनाब देख सकते जी मुकम्मल तौर पर असा इस पास खाने का सेटअप है और लेडीज का अलग है जेंट्स का अलग है बेहतरीन सेटअप सा मतलब है कि टेंट का मतलब देखो जी कितनी खूबसूरती के नाल असंद टेंट जोड़ा है जी फास्ट टेंट आलिया ने मतलब सजाया है और फास्ट टेंट एंड कैटरिंग बेहतरीन मतलब सो तुको आद तो भी जोड़ा है जी ज्यादा तुम को हर चीज़ अवेलेबल हो सी इंशाल्लाह आर्डर दे सो फिर तुमको पता लग सी देखो जनाब असंदा तैयारियां शुरू हैं सलाद असंदा तुम देख सकते हो कटाई हो गई असंदी कुछ हो रही है रोटियां असंदियां आ गई हैं पहले असा सहावत भाई दे मामू नाल भी गपशप मारते हैं अस्सलाम वालेकुम जी अपना जरा तारुफ करा सो जी सहावत भाई दे मामू ठीक है जी मेरा चैनल है वही खान तनोली ना तो यूट्यूब का इंशाल्लाह में आज दी मुकम्मल वीडियो अपने चैनल तक लासा और कोई पैगाम देना चाहते हो तो साथ दे सकते हो बस जी असा इस बारे में करने के साजो दे इन्हां दा काम बहुत बेहतरीन है जी जी जिथे भी इन्होंने काम किया बहुत अच्छा किया और इतने भी आज इन्होंने मेरा मुकम्मल सेटिंग साजिद भाई नाल बने दी है इंशाल्लाह जिस जगह तक साजिद भाई जुलते हैं मैं इन्होंने नाल होना माशाल्लाह बहुत अच्छा क्योंकि मैं अपनी जबानी तारीफ ना करना चाहता इस वास्ते जो साजिद भाई के बारे तो साफ ही मतलब जो जिक्र करना टीम बहुत अच्छी है ठीक है जी ग्रांए नाजम ने जी अच्छा मतलब नसार इन्हां दा नाम है जी ते भरा ने साडे भी माशाल्लाह इलाके दी बेहतरी असीं भी बेहतरीन काम करदे ने जबरदस्त गमी खुशी पे शरीक होंदे ने सब तो बड़ी गल सब तो बड़ी गल ते है ना जी सब तो बड़ी गल गमी खुशी पे शरीक होना हां जी ये तो बड़े लोगों को टाइम ही नहीं होता साडा भरा है साडे जैसा है देखो जी विचों है आधी रात ही मसनक पकड़ के आंसर ना तुसा नाल टोल सुन सुन अंदर असीं बड़े यकीन करो कि दिल खुश हो जांदा है काम करदा है क्यों इस तो अपना जाती काम है जी जी बिल्कुल जाती काम में नहीं बजना करदा ना वो ग्राएं लोग साला मसला नहीं होता जी जी काम कर दिया बोल ठीक है चलो साजिद भाई मेहरबानी जी जी ना जी तुम देख सकते हो जी ये जी साइड है जी मुकम्मल तौर पर यह लेडीज़ वास्ते सैटअप बनाया गया है और इन्हें कुर्सिया का और स्टैंड का जोड़ा कलर है जी वो अलग है और बेहतरीन सैटअप लेडीज़ वास्ते लेडीज़ वेटर की सहूलत मौजूद है जिस किसी ने भी अगर कोई आर्डर देना हो तो इन्हों को फास्ट स्टैंड एंड कैटरिंग सर्विस वाले को जो लेडीज़ वास्ते लेडीज़ वेटर मिल सन और जेंट्स वास्ते जेंट्स वेटर मिल सन अस्सलाम वालेकुम जी आ गए हो सर जी ठीक हो खैर खरीयत है तबीयत ठीक है बिल्कुल क्या आखना चाहते हो जी तुम मतलब फास्ट स्टैंड के हवाले नाल मतलब माशाल्लाह तुम्हारा तो सेटअप बहुत ही अच्छा है और को पैगाम देना चाहते हो दे सकते हो सर्विस तुम माशाल्लाह बहुत अच्छी है और सेटअप बहुत अच्छा है ए टू जेड मतलब है किसी भी किस्म की मको दे कोई भी कमी पेशी इस पर नजर नहीं आई इंशाल्लाह किसी काम हो तो पूरी मियार तो दरसा इंशाल्लाह ठीक है जी और कोई पैगाम बस एक बजे ठीक है जी ठीक है काम साढ़ा दसा इंशाल्लाह दे सकते जी मुकम्मल सेटअप है आज का और इस पासे ए लेडीज दा सेटअप है लेडीज वेटर जेडे ने रोटी सर्व करसो ठीक हो गया इथे किसी मरो दा कोई दखल अंदाज ही नहीं ठीक है जी सब दा लेडीज सब तो बेहतरीन बिल्कुल इज्जत है नाल लेडीज वेटर सर्व करसो हर चीज ना कोल टेबल तक पहुंचे ठीक है साजिद भाई मेहरबानी और फिर इन्हों का जो स्टाफ है जी खासकर वेटर जी लेडीज वेटर जी स्पेशली वो उन्हों का जो
सिस्टम है वो बहुत ही अच्छा है और असा बड़े मुतासर होए हैं इन्होंने सेटअप तो खुश हो फर्स्ट टाइम अंताई खुश हैं जी। ठीक है जी, बस इस तो बड़ी और कड़ी गल हो सकती है। जितने फंक्शन होते रोटी प्रोवाइड करते हैं तंदूरा तो पका के ना पेजा ठीक है जी। इन्हों का कोई कॉन्टैक्ट नंबर? कॉन्टैक्ट नंबर बोलो जी, मोबाइल नंबर 0334-0334-5651-692-692। मैन दाड़ी चौक के अंदर तुसां दा तंदूर है जी। ठीक है जी, जिस किसी को राबता करना हो, कोई शादी ब्याह आर्डर देना हो, कोई भी दिगर तकरीबात आर्डर देना हो जी, तो इन्हों को आर्डर दे सकते हो। के ना दस ने अपना? सफदरजमान। ठीक है साजिद भाई, बहुत शुक्रिया। लिफ्ट नहीं दी देवे बोल संगी अपना तारफ कराओ कब्रिस्तान चौक सेक्टर नंबर 3 बला कच्छी वे। ठीक है, वेटरां दे हेडमास्टर ने। ए पक्का तो सर नाल ही होंदा जी, पक्का 18 साल तो साडे नाल। माशाल्लाह जी, माशाल्लाह जी, नाल ही पढ़दे रहे। ठीक है, इस रिटायरमेंट 60 साले तो सी या 18 साल? 60 साल इंशाल्लाह। ठीक है, इस्तेमाल मुकरर कर सा। ठीक है, नुस्वार मुफ्ता दी ते नुस्वार डेली 3 रुपया दी करो कदी नहीं पाई। नस्वार खलबाट में बन जी ना जान, नस्वार खलबाट में जी बन जी। ठीक है, पैसे कोनो ला दो ऐसा मौत पेंदी। ठीक है, इंशाल्लाह तआला मैं कहना जुलने आसे टूर दे ولا تجعل في قلوبنا غلا للذين آمنوا ربنا إنك رؤوف رحيم ربنا اتم لنا نورنا واغفر لنا إنك على كل شيء قدير ربنا لا تؤاخذنا إن نسينا وأخطأنا ربنا ولا تحمل علينا إصرا كما حملته على الذين من قبلنا ربنا ولا تحملنا ما لا طاقة لنا به واعف عنا واغفر لنا وارحمنا أنت مولانا فانصرنا على القوم الكافرين اللهم إني أسألك فعل الخيرات وترك المنكرات والمساكين اللهم إني أسألك إيمانا كاملا ويقينا صادقا ورزقا واسعا وقلبا خاشعا ولسانا ذاكرا ورزقا حلالا طيبا وتوبة قبل الموت وراحة عند الموت مغفرة ورحمة بعد الموت والفوز بالجنة والنجاة من النار يا عزيز يا غفار رب زدني علما والحقني بالصالحين اللهم أعنا على ذكرك وشكرك وحسن عبادتك ربنا لا تزغ قلوبنا بعد إذ هديتنا وهب لنا من لدنك رحمة إنك أنت الوهاب ربنا إنك عفو كريم تحب العفو فاعف عنا يا غفور يا غفور يا غفور إن الله وملائكته الذين آمنوا صلوا عليه وسلموا تسليما اللهم صل على سيدنا مولانا محمد صلى الله عليه وسلم سبحان ربك رب العزة عما يصفون وسلام على المرسلين والحمد لله رب العالمين।
بنے سارے بیٹھے گا لیے کا معلوم اندازہ ہوئے پھر اسی میزا کا ساتھ لوگ مہربانی ماشاء اللہ بہت زبردست بسم اللہ کرو جی ساجد نظر رکھی چلو جی روٹی رکھو جی تسی اپ ساجد نے دادا دسنی پتا پھر اپ کے پاس بسم اللہ کرو دادا دسنی والا چلو روٹی دے شاپر کے شروع کرو کتنا پانا ہے اس حساب نال چلو جی چلو بس پردے جاؤ تے پاندے جاؤ بس ٹھیک ہو گیا چلو جی ساجد اپنے لائی جی نہ او پانی نہیں آندا تلے میں بھیجنا جا کے چیک کراؤں کدھر گیا شاہ رخ خان the
نصر بھائی بھی آ گئے جی. السلام علیکم جی. نصر بھائی کیا حال ہے؟ ٹھیک ہو؟ کافی دیر تو میں سب ڈھونڈنا پہ لیکن ایک سا ملاقات نہیں ہوتی پی. سو میں کالم کی سو چاہے نہیں ملاقات ہو گئی. اصل اپنا جو کرنا سا کام وہ مکمل ہو گیا. ان شاء اللہ ہوں اصل واپسی کر سا. روٹی سا کھا رہے ہیں گنے پہلے سر روٹی کھلائیے. بس بڑی مہربانی. کوئی مطلب پیغام دینا چاہتے ہو کوئی مطلب؟ بڑی مہربانی سر. بہت شکریہ. شیئر کرنے کی کوشش کی ہے کھلبر ٹاؤن شپ ملا کھیوا. اس ویڈیو کو ضرور دیکھ کے لائک شیئر کرے اور کمنٹس کر کے دسو کہ سنگ ویڈیو پسند آئی ہے یا نہیں آئی. جتھے جتھے میں کوئی لوگ بلا سن میں ان شاء اللہ دکھانا لوگوں تک پہنچ سا اور تم لوگوں تک ویڈیو کو پہنچانے کی کوشش کر سا. ماڑی جتنے بھی آڈینس ہے وہ شادیاں کی ویڈیو زیادہ دیکھتی ہے. اس واسطے میں کوشش کرنا کہ میں شادیاں کی ویڈیو میں جلاں اور لوگ میں کوئی انوائٹ کر دیں اور انہوں نے لوگوں تک میں پہنچتا ہوں. انہوں کی ویڈیو بلا کے میں شیئر کرتا ہوں. اپنا بہت سارا خیال رکھو. دعا میں یاد رکھو. مقصد اجازت. اللہ حافظ.